ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। Mr. Singh Productions presents ਤਾਂ ਦੁਆਰਾ ਸਤਿਗੁਰ ਦੇ ਪਾਵਨ ਸਰੂਪ ਨੂੰ ਸੀਸ ਤੇ ਚੁੱਕ ਲੈ ਕੇ ਜਾਂਦੇ ਆ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਹਿਲਾ ਮੁੱਖ ਗ੍ਰੰਥੀ ਨਿਯੁਕਤ ਕਰਕੇ ਉਹਨਾਂ ਦੀ ਰਸਨਾ ਤੋਂ ਹੁਕਮਨਾਮਾ ਲੈਣ ਵਾਸਤੇ ਉਹਨਾਂ ਨੂੰ ਆਦੇਸ਼ ਦਿੱਤਾ। ਆਓ ਉਸ ਮਹਾਨ ਪੁਰਬ ਨੂੰ ਪਿਆਰ ਪੂਰਵਕ ਮਨਾਉਂਦੇ ਹਾਂ, ਸਤਿਗੁਰੂ ਜੀ ਦੀ ਮਹਾਨ ਬਾਣੀ ਦਾ ਆਨੰਦ ਪ੍ਰਾਪਤ ਕਰੀਏ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਅੰਮ੍ਰਿਤ ਬਾਣੀ ਹਰ ਹਰ ਕੇਰੀ, ਸੁਣ ਸੁਣ ਹੋਵੇ ਪਰਮ ਗਤ ਬੇਰੀ। ਭਾਈ ਸਾਹਿਬ ਭਾਈ ਰਾਜ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਦੀ ਮਹਾਨ ਕਿਰਪਾ ਹੈ, ਸਤਿਗੁਰਾਂ ਨੇ ਇਹਨਾਂ ਦੇ ਹਿਰਦੇ ਵਿੱਚ ਜਿੱਥੇ ਰਸਨਾ 'ਤੇ ਬੜਾ ਆਨੰਦ ਬਖਸ਼ਿਆ ਹੈ, ਬੇਅੰਤ ਬਾਣੀ ਦਾ ਭੰਡਾਰਾ ਇਹਨਾਂ ਦੇ ਪਾਸ ਹੈ, ਜਦੋਂ ਪ੍ਰਮਾਣ ਦਿੰਦੇ ਹਨ ਗੁਰੂ ਸੰਗਤਾਂ ਬੜੀ ਵਜਤ ਵਿੱਚ ਜੁੜਦੀਆਂ ਹਨ। ਆਓ ਇਹਨਾਂ ਦੀ ਰਸਨਾ ਤੋਂ ਸ਼ਬਦ ਗੁਰਬਾਣੀ ਕੀਰਤਨ ਦਾ ਆਨੰਦ ਪ੍ਰਾਪਤ ਕਰੀਏ। ਭਾਈ ਸਾਹਿਬ ਭਾਈ ਰਾਜ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਨਾਹੀ ਦੂਜਾ ਕੋ
I'm
ਇੰਨੀ ਸੇਵਾ ਪ੍ਰਵਾਨ ਕਰਨੀ। ਅਗਲਾ ਪ੍ਰੋਗਰਾਮ ਸਰਵਨ ਕਰੋ ਜੀ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पोथी परमेश्वर का थान, जप मन मेरे गोविंद की बाणी, सतगुरु श्री ग्रंथ साहिब पातशाह जी दी पावन गोद विच आप जी गुरबाणी कीर्तन का आनंद, भाई साहब भाई राय सिंह जी हजूरी रागी सचखंड श्री हरिमंदर साहब जी की रसना तो सरवण कर रहे सो, हार्दिक तौर पर भाई साहब जी का जत्थे साहब धन्यवाद जिन्हां ने अज दे इस गुरमत समागम विच कीर्तन द्वारा प्रारंभता करके सतगुरु श्री ग्रंथ साहिब पातशाह जी दे पहले प्रकाश दिहाड़े दे संबंध विच जो गुरमत समागम इत्थे चल रहा है, हाजिरी भरी है, हार्दिक तौर ते धन्यवाद है। Thank you.